ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਕਿਸਾਨ ਭਰਾਵੋ ਸਾਰੇ ਠੀਕ ਠਾਕ ਹੋ? ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਫਾਰਮ ਦੇ ਵਿੱਚ ਮੱਝਾਂ ਗਾਵਾਂ ਨੂੰ ਕੀ ਪਾਉਂਦੇ ਹਾਂਗੇ, ਅਤੇ ਆਪਾਂ ਮੱਝਾਂ ਅਤੇ ਗਾਵਾਂ ਨੂੰ ਕਿਵੇਂ ਰੱਖਦੇ ਹਾਂਗੇ ਗਰਮੀ ਦੇ ਵਿੱਚ, ਇਸ ਵੀਡੀਓ ਵਿੱਚ ਸਾਰਾ ਕੁਝ ਦੱਸਾਂਗੇ। ਜਾ ਹੁਣ ਸਵੇਰੇ ਵੀਰੇ 6:30 ਹੋਏ ਨੇ, ਆਪਾਂ ਲੱਗਾਂਗੇ ਸੰਨੀ ਕਰਨ। ਅਤੇ ਆਹ ਤੁਸੀਂ ਦੇਖ ਸਕਦੇ ਹੋ, ਹੁਣ ਆਪਾਂ ਖੁਰਲੀ ਦੇ ਵਿੱਚ ਆਪਾਂ ਤੂੜੀ ਪਾਉਂਦੇ ਹਾਂਗੇ, ਹੁਣ ਥੋੜ੍ਹੀ ਥੋੜ੍ਹੀ ਤੂੜੀ ਪਾਉਂਦੇ, ਜ਼ਿਆਦਾ ਨਹੀਂ ਪਾਉਂਦੇ ਵੀ ਜਿਹਦੇ ਕਰਕੇ ਵੀ ਜ਼ਿਆਦਾ ਬਚ ਜਾਂਦੀ ਹੈ। ਕਈ ਵਾਰ ਆਪਾਂ ਜਦੋਂ ਦਾਣਾ ਪਾਉਂਦੇ ਹਾਂ, ਜੋ ਤੂੜੀ ਜ਼ਿਆਦਾ ਪਾਉਂਦੇ ਨਾ, ਉਹਦੇ ਕਰਕੇ ਆਪਾਂ ਦਾਣਾ ਬਣੀ ਵੀ ਡੰਗਰ ਜਿਹੜਾ ਦਾਣਾ ਪੂਆ ਖਾਧਾ ਨਹੀਂ ਜਾਂਦਾ। ਇਸ ਕਰਕੇ ਆਪਾਂ ਜਿਹੜੀ ਤੂੜੀ ਆ, ਮਾੜੀ ਮਾੜੀ ਤੂੜੀ ਪੂਰੀ ਪੂਰੀ ਪਾਉਂਦੇ ਹਾਂ, ਡੇਢ ਟੋਕਰ ਇੱਕ। ਜ਼ਿਆਦਾ ਤੂੜੀ ਪਾਉਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ, ਅਸੀਂ ਸਿਰਫ ਦੋ ਟਾਈਮ ਕੱਖ ਪਾਉਂਦੇ ਹਾਂ, ਇੱਕ ਸਵੇਰੇ ਇੱਕ ਸ਼ਾਮ ਨੂੰ ਬਸ। ਇੱਕ ਪੰਡ ਦਾ ਥੋੜ੍ਹੀ ਪੰਡ ਲੈ ਕੇ ਦਿੱਤੀ, ਇਹ ਸਾਰੇ ਡੰਗਰਾਂ ਨੂੰ ਇਹਦੇ ਨਾਲ ਕੱਖ ਪਾਵਾਂਗੇ ਆਪਾਂ। ਅਤੇ ਇੱਕ ਗੱਲ ਹੋਰ ਆ, ਬਾਕੀ ਕਈ ਮੇਰੇ ਵੀਰ ਚਲੋ ਬਾਲਟੀਆਂ ਛਿੜਕਦੇ ਹਾਂ, ਆਪਣੇ ਮੋਟਰ ਲਵਿਆ ਤਾਂ ਕਰਕੇ ਆਪਾਂ ਪਾਣੀ ਪਾਈਪ ਨਾਲ ਛਿੜਕਦੇ ਹਾਂ। ਕਈ ਮੇਰੇ ਵੀਰ ਕਹਿਣਗੇ ਵੀ ਪਾਣੀ ਜ਼ਿਆਦਾ ਲੱਗਦਾ, ਨਹੀਂ ਵੀਰ ਪਾਣੀ ਜ਼ਿਆਦਾ ਹੀ ਨਹੀਂ ਲੱਗਦਾ ਹੈਗਾ। ਇਹਦਾ ਦੇਖ ਲਓ ਉੱਪਰ ਜਿਹੜਾ ਸਿੱਧਾ ਪ੍ਰੈਸਰ ਨਹੀਂ ਮਾਰਦੇ ਨਾ, ਮੂਹਰੇ ਉਂਗਲ ਲਾ ਕੇ ਕਿਵੇਂ ਹੌਲੀ ਹੌਲੀ ਪਾਣੀ ਲਾਉਣਾ, ਨਾਲੇ ਇਹਦੇ ਨਾਲ ਸਾਰੀ ਤੂੜੀ ਗਿੱਲੀ ਹੁੰਦੀ ਹੈ, ਨਾਲੇ ਜਿਹੜਾ ਪਾਣੀ ਹੈ ਥੱਲੇ ਨਹੀਂ ਜਾਂਦਾ ਇਹਦੇ ਨਾਲ। ਇਹਦੇ ਕਰਕੇ ਆਪਾਂ ਮੈਂ ਜ਼ਿਆਦਾਤਰ ਮੋਟਰ ਨਾਲ ਹੀ ਪਾਣੀ ਲਾਉਣਾ ਗਾ, ਨਾਲੇ ਪਾਣੀ ਘੱਟ ਲੱਗਦਾ ਇਹਦੇ ਨਾਲ, ਨਾਲੇ ਜਿਹੜਾ ਪਾਣੀ ਹੈ ਥੱਲੇ ਨਹੀਂ ਆਪਾਂ ਵੱਧ ਜਾਂਦਾ। ਅਤੇ ਹੁਣ ਆਪਾਂ ਪਾਉਣੇ ਵੀਰੇ ਫੀਡ, ਕਾਰਗਿਲ ਦੀ ਫੀਡ ਪਾਉਣੇ ਆਪਾਂ 8000। ਜੇ ਇੱਕ ਮੱਝ 10 ਕਿਲੋ ਦੁੱਧ ਦਿੰਦੀ ਆ, 10 ਲੀਟਰ ਦੁੱਧ ਦਿੰਦੀ ਆ, ਉਹਨੂੰ 4 ਕਿਲੋ ਪੈਂਦੀ ਹੈਗੀ ਇਹ। ਮੱਝਾਂ ਅਤੇ ਗਾਵਾਂ ਨੂੰ ਆਪਾਂ ਦੋਨਾਂ ਨੂੰ ਪਾਉਣੇ ਹੈਗੇ। ਬਾਕੀ ਆਪਾਂ ਹੋਰ ਕੁਛ ਨਹੀਂ ਪਾਉਂਦੇ ਇਹਦੇ ਨਾਲ, ਇਕੱਲੀ ਫੀਡ ਫੀਡ ਹੀ ਪਾਉਣੇ ਇੱਕ। ਜੇ 10 ਲੀਟਰ ਵਾਲੀ ਆਪਾਂ 4 ਕਿਲੋ ਪਾਉਣੇ ਆ, 2 ਕਿਲੋ ਅਸੀਂ ਸਵੇਰੇ ਪਾਉਣੇ, 2 ਕਿਲੋ ਸ਼ਾਮ ਨੂੰ ਪਾਉਣਾ, ਨਹੀਂ ਗਾ ਵੀ ਆਪਾਂ 4 ਕਿਲੋ ਇੱਕ ਟਾਈਮ ਹੀ ਪਾਉਣੇ ਹੈਗੇ। ਦੇਖੋ ਪਕੌੜੇ ਜਿਹੇ ਨੇ, ਛੋਟੇ ਛੋਟੇ ਪਕੌੜੀਆਂ ਜਾਂਦੀਆਂ ਨੇ ਜਿਵੇਂ। ਹੁਣ ਆਹ ਦੇਖ ਸਕਦੇ ਹੋ ਆਪਾਂ ਹੁਣ ਇਕੱਲੀ ਇਕੱਲੀ ਮੱਝ ਨੂੰ ਪਾਉਣੇ ਹੈਗੇ। ਕਈ ਮੇਰੇ ਵੀਰ ਕਹਿਣਗੇ ਵੀ ਇਹ ਤਾਂ ਹੀ ਛਿੱਟੀ ਜਾਂਦਾ ਗਾ, ਐਵੇਂ ਛਿੱਟਾਂ ਵੀਰੇ ਮੇਰੀਆਂ ਮਿਣੀਆਂ ਹੋਈਆਂ ਨੇ ਜਿਹੜੀਆਂ, ਉਂਜਲ ਦੇ ਵਿੱਚ ਜੇ 3 ਉਂਜਲਾਂ ਦੇ ਵਿੱਚ 2 ਕਿਲੋ ਫੀਡ ਪੈਂਦੀ ਆ ਮੇਰੀ ਮਿਣੀ ਹੋਈ ਆ। ਇਸ ਕਰਕੇ ਜਿਹੜੀ ਮੱਝ ਦੇ ਦੁੱਧ ਦਿੰਦੇ ਉਹ ਹਿਸਾਬ ਨਾਲ ਉਹਨੂੰ ਮੈਂ ਪਾ ਦਿੰਦਾ ਹੁੰਦਾ ਗਾ। ਜਿਹੜੀ 10 ਲੀਟਰ ਤੋਂ ਵੱਧ ਦਿੰਦੇ ਉਹਨੂੰ ਵੱਧ ਪਾਉਣਾ ਗਾ, ਜਿਹੜੀ 10 ਲੀਟਰ ਤੋਂ ਘੱਟ ਪਾਉਣ ਦਿੰਦੇ ਆ ਇਹਨੂੰ 10 ਉਹ ਕਰ ਲਿਆ ਗਾ। ਜਿਹੜੀ ਪੂਰਾ 10 ਲੀਟਰ ਦਿੰਦੀ ਹੈਗੀ ਉਹਨੂੰ 3 ਉਂਜਲਾਂ ਤੋਂ ਵੱਧ ਪਾਉਣਾ ਗਾ। 3 ਉਂਜਲਾਂ ਦੇ ਵਿੱਚ ਸਮਝ ਲਓ 2 ਕਿਲੋ ਜਿਹੜੇ ਫੀਡ ਪੈਂਦੀ ਹੈਗੀ। ਦੇਖਣ ਨੂੰ ਐਂ ਲੱਗਦਾ ਮੇਰੇ ਵੀਰ ਕਹਿਣਗੇ ਵੀ ਇਹ ਤਾਂ ਉਈ ਛਿੱਟੀ ਜਾਂਦਾ, ਨਹੀਂ ਵੀਰੇ ਮਿਣ ਕੇ ਪਾਉਣਾ ਗਾ। ਮੇਰੇ ਜਿਹੜੇ ਉਂਜਲਾਂ ਨੇ, ਮੇਰੇ ਉਂਜਲਾਂ ਮਿਲੀਆਂ ਹੋਈਆਂ ਨੇਗੀਆਂ, 3 ਉਂਜਲਾਂ ਦੇ ਵਿੱਚ ਭਰ ਕੇ 2 ਕਿਲੋ ਫੀਡ ਪੈਂਦੀ ਆ। ਅਤੇ ਉਦੋਂ ਬਾਅਦ ਬਸ ਗਿੱਲੀ ਹੋ ਕੇ ਇਹਨੂੰ ਪਕੌੜੇ ਪਿਆਉਣ ਦੀ ਲੋੜ ਨਹੀਂ, ਸੁੱਕੇ ਪਾ ਕੇ ਬਸ ਪਾਣੀ ਪਹਿਲਾਂ ਪਾਣੀ ਲਾ ਦਿੰਦੇ ਹਾਂ, ਫਿਰ ਉੱਥੇ ਪਕੌੜੇ ਪਾ ਕੇ ਫੀਡ ਪਾ ਕੇ ਹੱਥ ਮਾਰ ਦਿੰਦੇ ਇਹਨਾਂ। ਫਿਰ ਬਾਅਦ ਉਸ ਬਾਅਦ ਹੁਣ ਆਪਣੇ ਡੰਗਰ ਆ ਜਾਣਗੇ 7 ਵਜੇ, ਸਵਾ 7 ਵਜੇ ਆਪਣੇ ਡੰਗਰ ਨੇ ਆ ਦੇਖੋ ਖੇਤ ਆ ਗਏ, ਪਿੰਡੋਂ ਆਉਂਦੇ ਨੇ, ਆਪਣੇ ਆਪ ਆਉਂਦੇ ਨੇ, ਕਿਹਨਾਂ ਘਰੋਂ ਖੋਲ੍ਹਦੇ ਨੇ ਆਪ, ਆਪਣੇ ਆਪ ਆ ਕੇ ਖੇਤ ਆ ਕੇ ਖੜ੍ਹ ਜਾਂਦੇ ਨੇ। ਹੁਣ ਜਿਹੜੇ ਜਿਹੜੇ ਡੰਗਰ ਆ ਸਾਰੇ, ਜਿਹੜੀ ਮੱਝਾਂ ਆਪਣੀਆਂ ਗਾਵਾਂ ਆਪਦੇ ਵਾਲ ਕਿੱਲੇ 'ਤੇ ਵੱਗ ਜਾਣਗੀਆਂ, ਦੇਖੋ ਮੱਝਾਂ ਗਾਹਾਂ ਵੱਗ ਗਈਆਂ, ਜਿਹੜੀਆਂ ਉਹ ਗਾਵਾਂ ਨੇ ਗੀਆਂ ਉਹ ਆਪਦੇ ਕਿੱਲੇ 'ਤੇ ਖੜ੍ਹ ਜਾਣਗੀਆਂ, ਉਹ ਆਪਣੇ ਆਪ ਕਿੱਲੇ 'ਤੇ ਜਾ ਕੇ ਖੜ੍ਹ ਗਈਆਂ। ਕੋਈ ਤਾਂ ਕੰਮ ਕੀ ਨਹੀਂ ਕਰਦੇ, ਆਰਾਮ ਨਾਲ ਆਪਦੇ ਆਪਦੇ ਕਿੱਲਿਆਂ 'ਤੇ ਜਾ ਕੇ ਖੜ੍ਹ ਜਾਂਦੀਆਂ ਨੇਗੀਆਂ। ਅਤੇ ਇੱਕ ਆਪਾਂ ਨੇ ਜਿਹੜਾ ਫਰਸ਼ ਵੀ ਆਪਾਂ ਲਾਇਆ ਨਹੀਂ, ਕੱਚਾ ਹੀ ਰੱਖਿਆ ਹੋਇਆ ਗਾ, ਕੱਚੇ ਦੇ ਬਹੁਤ ਫਾਇਦੇ ਨੇਗੇ, ਅਸੀਂ ਫਰਸ਼ ਵੀ ਲਾ ਸਕਦੇ ਹਾਂਗੇ, ਪਰ ਫਰਸ਼ ਨਹੀਂ ਕਦੇ ਲਾਇਆ ਆਪਾਂ। ਇਸ ਜਿਹੜਾ ਫਰਸ਼ ਕੱਚਾ ਹੀ ਰੱਖਿਆ ਹੋਇਆ ਗਾ, ਆਹ ਥੋੜ੍ਹੀ ਜਿਹੀ ਧੱਕਾ ਕਰਦੀ ਆ ਮੱਝ ਇਹ। ਕਿਉਂਕਿ ਕੱਚੇ ਰੱਖਣ ਨਾਲ ਬਹੁਤ ਫਾਇਦੇ ਨੇਗੇ,
ਥਾਣਾ ਨਹੀਂ ਹੁੰਦੇ। ਬਾਕੀ ਜਦੋਂ ਲੋਹਾਂ ਵਗਦੇ ਨੇ ਨਾ, ਜਿਹੜਾ ਆਪਣਾ ਫਰਸ਼ ਹੁੰਦਾ ਉਹ ਤਪਣ ਲੱਗ ਜਾਂਦਾ, ਜਿਹੜੀ ਮਿੱਟੀ ਹੁੰਦੀ ਹੈ ਠੰਡੀ ਰਹਿੰਦੀ ਹੈਗੀ। ਆਹ ਦੇਖ ਸਕਦੇ ਸਾਰੇ ਆਪਣੇ ਮੱਝਾਂ ਨੇ ਗੀਆਂ, ਗਾਵਾਂ ਨੇ ਗੀਆਂ, ਹੁਣ ਬੰਨ ਚੁੱਕੇ ਆਂਗੇ। ਇਹ ਸਵੇਰੇ 7 ਵਜੇ ਬੰਨ ਦਿੰਦੇ ਆ ਵੀਰੇ, 9 ਵਜੇ ਤੱਕ ਇਹ ਇੱਥੇ ਹੀ ਖੜਨਗੀਆਂ 2 ਘੰਟੇ। ਵੱਧ ਟਾਈਮ ਨਹੀਂ ਖੜਾਉਂਦੇ ਇਹਨਾਂ ਨੂੰ, 2 ਘੰਟੇ ਹੀ ਖੜਾਉਣੇ ਬਸ। 2 ਘੰਟਿਆਂ ਦੇ ਵਿੱਚ ਜਿਹੜੀ ਸੰਨੀ ਹੈਗੀ ਸਾਰੀ ਖਾ ਲੈਂਦੇ ਨੇਗੇ। ਉਸ ਤੋਂ ਬਾਅਦ ਹੁਣ ਆ ਗਿਆ ਆਪਣਾ ਪਾਣੀ ਪਿਲਾਉਣ ਦਾ ਟਾਈਮ, 9:30 ਹੋ ਚੁੱਕੇ ਨੇ ਅੱਜ, ਥੋੜ੍ਹਾ ਲੇਟ ਹੋ ਗਿਆ ਅੱਜ। ਥੋੜ੍ਹਾ ਕੰਮ ਤਾਂ ਥੋੜ੍ਹਾ ਜ਼ਰੂਰ ਵੱਧ ਜਾਂਦਾ ਗਾ ਕੱਚੇ ਨਾਲ, ਪਰ ਫਰਕ ਬਹੁਤ ਪੈਂਦਾ ਇਸ ਚੀਜ਼ ਦਾ। ਜੇ ਆਪਾਂ ਡੰਗਰ ਸੌਂਕਾਂ ਰੱਖੇ ਨੇ ਪਰ ਉਹ ਕੱਚੇ ਰੱਖਿਆ ਜਾਵੇ, ਬਹੁਤ ਵਧੀਆ ਗੱਲ ਆ ਗਈ। ਆਪਾਂ ਹਰੇਕ ਥਾਂ ਹਰੇਕ ਮੇਰੇ ਵੀਰ ਆਪਾਂ ਪੱਕਾ ਰੱਖਣ ਲੱਗ ਗਏ, ਜਿੰਨਾ ਹੋ ਸਕੇ ਮੱਝਾਂ ਥੱਲੇ ਗਾਵਾਂ ਥੱਲੇ ਕੱਚਾ ਰੱਖਿਆ ਜਾਵੇ, ਮੱਝਾਂ ਥੱਲੇ, ਬਹੁਤ ਵਧੀਆ ਗੱਲ ਆ ਗਈ। ਕਿਉਂਕਿ ਜਦੋਂ ਜਿੱਥੇ ਤੁਸੀਂ ਇੱਕ, ਤੁਸੀਂ 2 ਫਾਰਮ ਪਾਲੋ, ਇੱਕ ਕੱਚਾ ਰੱਖੋ ਇੱਕ ਪੱਕਾ ਰੱਖਿਓ, ਨਾਲੇ ਉਹਦਾ ਤਾਪਮਾਨ ਚੈੱਕ ਕਰ ਲਿਓ ਕੱਚੇ ਦਾ, ਨਾਲੇ ਚਾਹੇ ਪੱਕੇ ਦਾ ਕਰ ਲਿਓ। ਪੱਕੇ 'ਚ ਪੜਧਾ ਮਾਰੂਗੀ ਇਹ ਜਿਹੜੀ ਮਿੱਟੀ ਹੈ, ਕਿਉਂਕਿ ਠੰਡੀ ਰਹਿੰਦੀ ਹੈਗੀ, ਜ਼ਿਆਦਾ ਗਰਮ ਨਹੀਂ ਹੁੰਦੀ ਜ਼ਿਆਦਾ, ਜਾਂ ਫਰਸ਼ ਉਹ ਤਪਣ ਲੱਗ ਜਾਂਦਾ। ਅਤੇ ਹੁਣ ਆਪਾਂ ਇਹਨਾਂ ਨੂੰ ਬੰਨਾਂਗੇ, ਟੋਬੇ ਦੇ ਵਿੱਚ ਬੰਨ ਦਾਂਗੇ ਸਾਰਿਆਂ ਨੂੰ। ਪਾਣੀ ਪਿਲਾਉਣ ਦੀ ਲੋੜ ਹੀ ਨਹੀਂ ਪੈਂਦੀ ਹੈਗੀ। ਅਤੇ ਸਿੱਧਾ ਟੋਬੇ ਦੇ ਵਿੱਚ ਹੀ ਪਾਣੀ ਪੀਣਗੀਆਂ, ਫੂਲ ਦੇ ਵਿੱਚ ਸਾਫ਼ ਪਾਣੀ ਆਉਂਦਾ ਗਾ। ਵਿੱਚ ਹੀ ਪੀਣਗੇ, ਕੋਈ ਬਾਹਰ ਨਹੀਂ ਪਾਣੀ ਪੀਂਦੇ, ਸਾਰੀ ਜਿਹੜੀ ਮੱਝਾਂ ਨੇ ਗਿਆ ਵਿੱਚ ਹੀ ਪਾਣੀ ਪੀ ਕੇ। ਬਹੁਤ ਵਧੀਆ ਚੀਜ਼ ਆ ਇਹ। ਫੁਹਾਰੇ ਵੀ ਠੀਕ ਨੇ, ਪਰ ਫੁਹਾਰਿਆਂ ਨੂੰ ਜੇ ਜਿਹਦੇ ਘਰ ਖੇਤ ਨੇ ਗੇ ਉਹਨੂੰ ਜ਼ਰੂਰ ਬਣਾਉਣ 'ਚ ਬਹੁਤ ਫਾਇਦਾ ਗਾ ਇਸ ਚੀਜ਼ ਦਾ। ਵੀਡੀਓ ਸ਼ੇਅਰ ਜ਼ਰੂਰ ਕਰਿਓ ਵੀਰ ਬਣ ਕੇ, ਜੇ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਨਾਲੇ ਹੋਰ ਅੱਗੇ ਵੀ ਦਿਖਾਵਾਂਗੇ, ਦੇਖ ਹੀ ਚੱਲਿਓ, ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਅੱਜ। ਹੁਣ ਆਪਾਂ ਨੇ ਜਿਹੜਾ ਜਪਾਨ ਤੋਂ ਗੇਟ ਤਿਆਰ ਕਰਿਆ ਸੀ ਉਹ ਲਾ ਚੁੱਕੇ ਹਾਂ, ਲਾ ਗਿਆ, ਹੁਣ 2:30 ਵਜੇ ਖੁੱਲੂਗਾ ਇਹ। ਅਤੇ ਆਹ ਦੇਖ ਲਓ ਵੀਰੇ, ਆਹ ਬੈਠੇ ਨੇ ਆਰਾਮ ਨਾਲ, ਵੱਧ ਆਨੰਦ ਇਹਨਾਂ ਨੂੰ ਹੋ ਨਹੀਂ ਸਕਦਾ, ਕਿਉਂਕਿ ਇਹਦੇ ਵਿੱਚ ਹੁਣ ਦਿਨ 'ਚ ਚਾਹੇ 10 ਵਾਰ ਪਾਣੀ ਪੀ ਲੈਣਾ, ਸਵੇਰੇ 9:30 ਤੋਂ ਲੈ ਕੇ ਸ਼ਾਮ ਨੂੰ 2:30 ਵਜੇ ਤੱਕ, 3 ਵਜੇ ਤੱਕ ਵੀ ਇਹ ਅਸੀਂ ਬਿਠਾ ਕੇ ਰੱਖਦੇ ਹਾਂਗੇ ਪਾਣੀ ਦੇ ਵਿੱਚ। ਆਹ ਦੇਖਦੇ ਹਾਂ ਮੋਟਰ ਦਾ ਪਾਣੀ ਆਉਂਦਾ ਇਹਦੇ ਵਿੱਚ ਭੜੋਲੀ ਰਾਹੀਂ, ਅਤੇ ਉਹ ਦੂਜੀ ਭੜੋਲੀ ਰਾਹੀਂ ਜਿਹੜਾ ਪਾਣੀ ਸਾਰਾ ਗੰਦਾ ਖੇਤਾਂ ਨੂੰ ਜਾਂਦਾ ਗਾ। ਜਿਹਦੇ ਘਰ ਖੇਤਾਂ ਦੇ ਵਿੱਚ ਨੇ ਉਹ ਇਹ ਚੀਜ਼ ਜ਼ਰੂਰ ਬਣਾਉਣ, ਫੁਹਾਰੇ ਨਾ ਚਾਹੇ ਨਾ ਲਵਾਉਣ, ਇਹ ਚੀਜ਼ ਜ਼ਰੂਰ ਬਣਾਉਣ। ਜਿਹਦੇ ਚਲੋ ਪਿੰਡ ਦੇ ਵਿੱਚ ਘਰ ਨੇ ਗੇ, ਪਿੰਡਾਂ 'ਚ ਨੇ, ਉਹ ਫੁਹਾਰਾ ਫੌਗਰ ਜ਼ਰੂਰ ਲਵਾਉਣ, ਕਿਉਂਕਿ ਬੇਜਮਾਨ ਵਾਸਤੇ ਤਾਂ ਕੁਛ ਨਾ ਕੁਛ ਆਪਾਂ ਨੂੰ ਕਰਨਾ ਪੈਣਾ ਵੀਰੇ। ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਵੀਡੀਓ ਸ਼ੇਅਰ ਵੀ ਜ਼ਰੂਰ ਕਰਿਓ, ਦਿਓ ਛੋਟੇ ਵੀਰ ਨੂੰ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।